ਦੇਖਿਆ ਜਾਵੇ ਕਿਸੇ ਹੱਦ ਤੱਕ ਪੁਲਿਸ ਵੀ ਆਪਣੀ ਬਣਦੀ ਕਾਰਵਾਈ ਤਾਂ ਕਰਦੀ ਹੈ, ਪਰ ਲੱਗਦਾ ਹੈ ਕਿ ਸਾਡੇ ਦੇਸ਼ ਦੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਦੇਸ਼ ਵਿੱਚੋਂ ਨਸ਼ਾ ਖਤਮ ਹੋ ਜਾਵੇ। ਜਿਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਸੜਕ ਕਿਨਾਰੇ ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀਆਂ ਬਾਹਾਂ ਤੇ ਕੱਟ ਤੇ ਨਿਸ਼ਾਨ ਪਾਏ ਗਏ, ਜਿਸ ਨੂੰ ਵੇਖ ਕੇ ਸਾਫ ਹੋ ਰਿਹਾ ਸੀ ਕਿ ਉਸ ਨੌਜਵਾਨ ਦੀ ਮੌਤ ਦਾ ਕਾਰਨ ਨਸ਼ਾ ਹੈ। ਉਧਰ ਹਿਮਾਚਲ ਪੁਲਿਸ ਨੂੰ ਜਦ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸਦਾ ਵੀ ਕੁਛ ਨਹੀਂ ਪਤਾ ਚੱਲਦਾ ਹੈ ਨਾ, ਡੈਡ ਬੋਡੀ ਫੜੀ ਸੀ ਸੁਬਹਾ 9 ਵਜੇ, ਹਮੇਂ ਇਨਫੋਰਮੇਸ਼ਨ ਮਿਲੀ ਕਿ ਭਦਰੋਆ ਕੇ ਪਾਸ ਜੋ ਹੈ ਜੋ ਲਿੰਕ ਰੋਡ ਦਮਤਾਲ ਕੋ ਪੁਰਾਣਾ ਰੋਡ ਜਾਤਾ ਹੈ, ਉਸਕੇ ਪਾਸ ਜੋ ਹੈ ਡੈਡ ਬੋਡੀ ਪੜੀ ਹੈ। ਤੋ ਸੂਚਨਾ ਪਰ ਹਮ ਜੋ ਮੌਕਾ ਪਰ ਆਏ ਤਾਂ ਮੌਕਾ ਪਰ ਡੈਡ ਬੋਡੀ ਪੜੀ ਹੋਈ ਸੀ ਇਕੱਠੀ ਸੀ, ਅਤੇ ਐਸਾ ਲੱਗ ਰਿਹਾ ਹੈ ਕਿ ਹੋ ਸਕਦਾ ਇਸਨੇ ਕੋਈ ਨਸ਼ਾ ਵਗੈਰਾ ਕਰ ਰੱਖਾ ਹੋ। ਨਸ਼ੇ ਕੇ ਇੰਜੈਕਸ਼ਨ ਕੇ ਨਿਸ਼ਾਨ ਤੋਂ ਨਹੀਂ ਹੈ, ਲੇਕਿਨ ਬਾਏ ਬਾਜੂ ਕੋ ਜੋ ਹੈ ਕੱਟ ਕੇ ਨਿਸ਼ਾਨ ਹੈ, ਸ਼ਾਇਦ ਨਸ਼ਾ ਜੋ ਹੈ ਉਸੀ ਕੱਟ ਕੇ ਨਿਸ਼ਾਨ ਸੇ ਲੇਤਾ ਹੋ। ਨਹੀਂ, ਨਸ਼ੇ ਕੇ ਉੱਪਰ ਕਾਫੀ ਰੋਕਥਾਮ ਲਗਾ ਰੱਖੀ ਹੈ, ਹਮਾਰੀ ਪੁਲਿਸ ਜੋ ਹੈ ਡੇਲੀ ਗਸ਼ਤ ਕਰਤੀ ਹੈ, ਜੋ ਵੀ ਐਸਾ ਵਿਅਕਤੀ ਹੈ ਤੋ ਉਸਕੋ ਢੂੰਢਣੇ ਕੀ ਕੋਸ਼ਿਸ਼ ਕਰ ਰਹੀ ਹੈ। ਫਿਰ ਵੀ ਬੀਚ ਮੈਂ ਕੋਈ ਇਧਰ ਉਧਰ ਸੇ ਆ ਜਾਤਾ ਹੈ ਤੋ ਪੁਲਿਸ ਤੋਂ ਆਪਣੀ ਐਡਮ ਜੋ ਪੂਰਾ ਕਾਰਵਾਈ ਇਸਮੇ ਰੋਕਥਾਮ ਕਰਨੇ ਕੇ ਲੀਏ ਕਰ ਰਹੀ ਹੈ। ਪੁਲਿਸ ਕੀ ਤਰਫ ਸੇ ਜੋ ਹਮਾਰੀ ਕਾਰਵਾਈ ਹੈ, ਜੋ ਐਸਾ ਕਾਰਯ ਕਰ ਰਹੇ ਹੈ ਉਨਕੇ ਖਿਲਾਫ ਹਮ ਮੁਕੱਦਮਾ ਵੀ ਦੇ ਰਹੇ ਹੈਂ, ਜੈਸਾ ਜੈਸਾ ਕਾਨੂੰਨ ਮੈਂ ਪ੍ਰਾਵਧਾਨ ਕਿਹਾ ਹੈ NDPS ਐਕਟ ਮੈਂ ਉਸਕੇ ਅੰਤਰਗਤ ਹਮ ਕਾਰਵਾਈ ਕਰ ਰਹੇ ਹੈਂ ਆਪਣੀ ਜੋ ਬਣਤੀ ਹੈ। ਡੈਡ ਬੋਡੀ ਕੀ ਅਭੀ ਕੋਈ ਪਹਿਚਾਨ ਨਹੀਂ ਹੋਈ, ਕਈ ਲੋਕਲ ਬਤਾ ਰਹੇ, ਲੇਕਿਨ ਇਹ ਲੋਕਲ ਨਹੀਂ ਹੈ, ਕੋਈ ਬਾਹਰ ਦਾ ਵਿਅਕਤੀ ਹੈ ਵੀ ਇਸਕਾ ਪਤਾ ਨਹੀਂ ਕੋਈ ਚਲਾ ਹੈ, ਇਸਕੋ ਲੈ ਜਾਏਂਗੇ ਪੋਸਟਮਾਰਟਮ ਕੇ ਲੀਏ ਰੱਖੇਂਗੇ, ਉਸਕੇ ਬਾਅਦ ਜੋ ਵੀ ਇਸਕਾ ਪਹਿਚਾਨ ਕਰਨੇ ਵਾਲਾ ਆਏਗਾ ਉਸਕੇ ਹਵਾਲੇ ਕਰ ਦੇਂਗੇ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਨਸ਼ੇ ਦੇ ਸੇਵਨ ਕਾਰਨ ਆਏ ਦਿਨ ਮੌਤਾਂ ਹੁੰਦੀਆਂ ਜਾ ਰਹੀਆਂ ਹਨ ਤੇ ਸਰਕਾਰਾਂ ਵੀ ਨਸ਼ੇ ਨੂੰ ਨੱਥ ਪਾਉਣ ਦੇ ਸਿਰਫ ਫੋਕੇ ਦਾਅਵੇ ਕਰਦੀਆਂ ਹਨ। ਪਠਾਨਕੋਟ 'ਚ ਹੋਈ ਇਹ ਨੌਜਵਾਨ ਦੀ ਘਟਨਾ ਸਿੱਧੇ ਤੌਰ 'ਤੇ ਸਰਕਾਰ ਦੀ ਨਾਕਾਮੀ ਪੇਸ਼ ਕਰਦੀ ਹੈ ਅਤੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਵਾਅਦਿਆਂ ਨੂੰ ਵੀ ਝੂਠਾ ਸਾਬਿਤ ਕਰਦੀ ਨਜ਼ਰ ਆਉਂਦੀ ਹੈ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਮਹਿਤਾ ਦੇ ਨਾਲ ਬਿਊਰੋ ਰਿਪੋਰਟ।